भारत के प्रधानमंत्री श्री नरेंद्र मोदी द्वारा की गई नोटबंदी के कारण आम लोगों को भारी मुश्किलों का सामना करना पड़ रहा है। बैंक तथा एटीएम्स के बाहर लोगों को लंबी कतारों में खड़े होकर घंटों अपनी बारी का इंतजार करना पड़ रहा है। पर अमृतसर में पंजाब एंड सिंध बैंक संत सिंह सुखा सिंह की ब्रांच में कैश लेने आए लोग खुश नजर आ रहे हैं। उनका कहना है कि बैंक के स्टाफ मेंबर लोगों के साथ पूरा सहयोग दे रहे हैं, जिससे पैसे लेने में सिर्फ 10-15 मिनट का ही समय लग रहा है। सीनियर सिटीजन को बैंक मैनेजर द्वारा सुविधा देने के लिए अलग लाइंस बनाई गई हैं तथा उनके बैठने के लिए भी खास प्रबंध किए गए हैं। मेरा नाम रविंदर कौर है, शिवालय तो आए हैं। ਅਸੀਂ ਇਹ ਕਹਿੰਦੇ ਹਾਂ ਮੋਦੀ ਨੇ ਇੰਨਾ ਮੁਸੀਬਤ ਪਾਈ ਹੈ, ਅਸੀਂ ਬੁਢਾਪੇ ਹੋ, ਅਸੀਂ ਕਈ ਪੈਸੇ ਰੱਖੇ ਹੁੰਦੇ ਨੇ ਇੱਧਰ ਲੁਕਾ ਇੱਧਰ, ਬੱਚਿਆਂ ਤੋਂ ਨਸ਼ਰ ਹੋ ਗਿਆ ਹੁਣ ਕਿ ਸਾਡੇ ਕੋਲ ਕੀ ਹੈ। ਹੁਣ ਉਹ ਘਰ 'ਚ ਲੜਾਈ ਪਈ ਹੈ ਕਿ ਬਈ ਤੁਸੀਂ ਮਾਤਾ ਅਸੀਂ ਤੇਰੇ ਕੋਲ ਮੰਗਦੇ ਸਾਂ, ਤੂੰ ਤਾਂ ਸਾਨੂੰ ਦਿੰਦੀ ਨਹੀਂ ਸੀ, ਹੁਣ ਕਿੱਥੋਂ ਨਿਕਲਿਆ ਤੇਰੇ ਕੋਲ ਪੈਸੇ, ਇਹ ਮੁਸੀਬਤ ਪਾ ਦਿੱਤੀ। ਜਾ ਤੇ ਕਰੇ ਬੁਢਾਪੇ ਦੇ ਪੈਸੇ ਸਾਡੇ ਲੱਖ ਲੱਖ ਜਮ੍ਹਾਂ ਕਰਾਏ ਹਾਂ, ਤੇ ਸਾਨੂੰ ਵੀ ਪਤਾ ਲੱਗੇ ਕਿ ਸਾਨੂੰ ਅਖੀਰ 'ਤੇ ਇਹ ਮਿਲਣੇ, ਸਾਡੇ ਬੱਚੇ ਨਹੀਂ ਸਾਥ ਦੇਣਗੇ, ਸਾਨੂੰ ਤੇ ਉੱਥੋਂ ਤੋਂ ਮਿਲ ਜਾਣਗੇ ਨਾ। ਉਹਨੇ ਇਹ ਮੁਸੀਬਤ ਘਰ ਘਰ ਵੇਖੋ, ਲੋਕ ਕਿਸ ਤਰ੍ਹਾਂ ਇਕੱਠੇ ਹੋ ਕੇ ਆਏ ਹੋ, ਇੰਨੇ ਘਰ ਛੱਡ ਕੇ ਅਸੀਂ ਜਨਾਨੀਆਂ ਬੱਚਿਆਂ ਨੂੰ ਛੱਡ ਕੇ ਫਿਰ ਆਉਂਦੇ ਹਾਂ, ਘਰ ਲੈਣਾ ਜਾ ਕੇ ਲੱਗਣੇ ਹਾਂ, ਇਹ ਸਾਨੂੰ ਦੱਸੋ ਕਿ ਕੀ ਕਰੀਏ। ਨਹੀਂ ਹੋਣੀ ਚਾਹੀਦੀ ਸੀ, ਕਿਉਂ ਕਦੋਂ ਆਉਂਦੇ ਲੋਕ ਲੱਗੇ ਸੀ, ਇਹ ਪਹਿਲਾ ਆਦਮੀ ਹੈ ਜਿਹਨੇ ਇਹ ਕੰਮ ਕੀਤਾ ਹੋਇਆ, ਕਦੀ ਨਹੀਂ ਸੀ ਸਰਕਾਰ ਨੇ ਇਹੋ ਜਿਹੇ ਕੰਮ ਕੀਤੇ। ਹੁਣ ਬੱਚੇ ਵੀ ਰੁਲ ਗਏ ਨਾਲ, ਉਹ ਘਰ ਬੱਚੇ ਅਸੀਂ ਆਹ ਵੇਖਦੇ ਹਾਂ, ਬੱਚੇ ਜਿਹੜੇ ਸੜਕਾਂ 'ਤੇ ਰੋਂਦੇ ਫਿਰਦੇ ਨੇ ਇੱਕ ਇੱਕ ਪੈਸੇ ਨੂੰ, ਉਹ ਲੈਣਾ ਚ ਖੜੋ ਤੈਨੂੰ ਕਦੋਂ ਮਿਲਣ ਅਤੇ ਕਦੋਂ। ਮੈਂ ਆਪਣੀ ਅੱਖੀ ਵੇਖਿਆ ਜੇ ਸ਼ਵਾਲੇ, ਬੱਚੇ ਰੋਂਦੇ ਪਏ ਨੇ ਗਰੀਬਾਂ ਦੇ। ਇੰਨਾ ਬਹੁਤ ਸੋਹਣਾ ਸਾਡੇ ਨਾਲ ਕੀਤਾ, ਪਹਿਲਾਂ ਸਾਡੇ ਨਾਲ ਲੈ ਨੇ, ਫਿਰ ਸਾਈਨ ਕਰਵਾਏ, ਉਹਨਾਂ ਕਿਹਾ ਮਾਤਾ ਜੀ ਬਹਿ ਜਾਓ ਆਰਾਮ ਨਾਲ, ਥੋੜ੍ਹੀ ਦੇਰ ਬਾਅਦ ਤੁਹਾਡੀ ਵਾਰੀ ਆ ਜਾਏਗੀ। ਅਸੀਂ ਆਰਾਮ ਨਾਲ ਬਹਿ ਗਏ ਹਾਂ, ਕਈ ਬੈਂਕਾਂ 'ਚ ਧੱਕੇ ਖਾਧੇ ਨੇ, ਸ਼ਵਾਲੇ ਗਿਆ ਸਾਨੂੰ ਕਿੰਨੀ ਵਾਰ, ਉਹਨਾਂ ਧੱਕੇ ਮਾਰ ਕੇ ਬਾਹਰ ਵੀ ਕੱਢੇ ਆ, ਫਿਰ ਸਾਨੂੰ ਬਜ਼ੁਰਗ ਕਰਕੇ ਫਿਰ ਉਹਨਾਂ ਸਾਨੂੰ ਅੰਦਰ ਵਾੜ ਕੇ ਪਾਇਆ ਕਿ ਇਹ ਲੋ ਲੈ ਲਓ, ਪਰ ਇੱਥੇ ਆਏ, ਇੱਥੇ ਬਹੁਤ ਸੋਹਣਾ ਇਹਨਾਂ ਸਾਡਾ ਵਿਹਾਰ ਕੀਤਾ। ਮੈਂ ਅੱਗੇ ਹੀ ਇਹਨਾਂ ਨੂੰ ਕਹਿੰਦੀ ਹਾਂ ਕਿ ਇਹ ਬਹੁਤ ਸੋਹਣਾ ਸਿਸਟਮ ਇਹਨਾਂ ਕੀਤਾ ਹੈ। ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ, ਸੀਨੀਅਰ ਮੈਨੇਜਰ ਹਾਂ ਜੀ ਮੈਂ ਪੰਜਾਬ ਐਂਡ ਸਿੰਧ ਬੈਂਕ ਸੰਤ ਸਿੰਘ ਸੁੱਖਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਮਜੀਠਾ ਰੋਡ ਅੰਮ੍ਰਿਤਸਰ। ਇਸ ਸਾਰਾ ਜਿੰਨਾ ਵੀ ਬੈਂਕ ਨੂੰ ਰੋਜ਼ ਕੈਸ਼ ਮਿਲਦਾ ਹੈ, ਅਸੀਂ ਬੜੇ ਉਸੇ ਕੈਸ਼ ਨੂੰ ਬੜੇ ਸੁਚੱਜੇ ਢੰਗ ਨਾਲ ਪਹਿਲੇ ਜਿਹੜੇ ਸੀਨੀਅਰ ਬੰਦੇ ਨੇ ਉਹਨਾਂ ਨੂੰ ਅੰਦਰ ਲੰਘਾਉਂਦੇ ਹਾਂ, ਲੇਡੀਜ਼ ਨੂੰ ਵੀ ਅੰਦਰ ਲੰਘਾ ਲੈਂਦੇ ਹਾਂ, ਬਾਕੀ ਨੂੰ ਅਸੀਂ ਟੋਕਨ ਵੰਡੇ ਨੇ, ਟੋਕਨ ਵੰਡ ਕੇ ਲਾਈਨ ਲਾ ਕੇ ਅਸੀਂ ਹਰ ਬੰਦੇ ਨੂੰ ਪੇਮੈਂਟ ਅਸੀਂ ਕਰ ਰਹੇ ਹਾਂ, ਪੈਨਸ਼ਨਾਂ ਵੀ ਵੰਡੀਆਂ ਵਾਂ ਅਤੇ ਲੋਕਾਂ ਨੂੰ ਖਾਤਿਆਂ 'ਚੋਂ ਪੈਸੇ ਕਢਾ ਕਢਾ ਕੇ ਅਸੀਂ ਦੇ ਰਹੇ ਹਾਂ। ਇੱਕ ਬੰਦੇ ਨੂੰ ਡਿਪੈਂਡ ਕਰਦਾ ਜੀ, ਰਸ਼ ਜ਼ਿਆਦਾ ਹੋਵੇ 15-20 ਮਿੰਟ ਵੀ ਲੱਗ ਜਾਂਦੇ ਨੇ, ਉਹ ਤੋਂ ਥੋੜ੍ਹਾ ਸਮਾਂ ਵੱਧ ਵੀ ਲੱਗ ਜਾਂਦਾ, ਡਿਪੈਂਡ ਕਰਦਾ ਰਸ਼ 'ਤੇ। ਕੋਈ ਇਹ ਤਾਂ ਸਰਕਾਰਾਂ ਦੀ ਮਰਜ਼ੀ ਹੈ ਕਿ ਉਹਨਾਂ ਦੇਸ਼ ਕਿਸ ਤਰ੍ਹਾਂ ਚਲਾਉਣਾ, ਪਰ ਇਹ ਗੱਲ ਇਹ ਕਿ ਲੋਕਾਂ ਨੂੰ ਦਿੱਕਤ ਬਹੁਤ ਜ਼ਿਆਦਾ ਹੋਈ ਹੈ। ਅਗਰ ਸਰਕਾਰ ਨੇ ਨੋਟਬੰਦੀ ਕਰਨੀ ਸੀ ਪਹਿਲਾਂ, ਉਨੀ ਕਰੰਸੀ ਜਿਹੜੀ ਸੀ ਬੈਂਕਾਂ ਦੇ ਵਿੱਚ ਭੇਜਦੇ ਤਾਂ ਕਿ ਲੋਕਾਂ ਨੂੰ ਕੋਈ ਦਿੱਕਤ ਨਾ ਆਉਂਦੀ। ਇਸ ਕਰਕੇ ਜਿਹੜੇ ਸੀਨੀਅਰ ਸਿਟੀਜ਼ਨ ਨੇ ਉਹਨਾਂ ਨੂੰ ਜ਼ਿਆਦਾ ਦਿੱਕਤ ਹੋਈ ਹੈ, ਔਰ ਜਿਹੜੇ ਜਵਾਨ ਨੇ ਉਹ ਟੱਕੇ ਟੁੱਕੇ ਮਾਰ ਕੇ ਅਤੇ ਇਸ ਕੰਮ ਦੇ ਵਿੱਚ ਸਫਲ ਹੋ ਜਾਂਦੇ ਨੇ। ਸੋ ਇਹ ਕੰਮ ਜਿਹੜਾ ਹੈਗਾ ਇਹ ਗੌਰਮੈਂਟਾਂ ਸਿਰ 'ਤੇ ਹੈ, ਠੀਕ ਹੈ ਜੋ ਉਹਨੇ ਗੌਰਮੈਂਟ ਨੇ ਕੀਤਾ, ਪਰ ਇੰਨੀ ਦਿੱਕਤ ਨਹੀਂ ਸੀ ਹੋਣੀ ਚਾਹੀਦੀ। ਲੋਕਾਂ ਨੂੰ ਲਾਠੀਆਂ ਵੀ ਪਈਆਂ, ਲੋਕ ਜ਼ਖਮੀ ਵੀ ਹੋਏ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਇਹ ਸਾਡੇ ਦੇਸ਼ ਵਾਸਤੇ ਜਿਹੜਾ ਕਿ ਬਾਹਰ ਮੈਸੇਜ ਜਾਂਦਾ ਵੇ ਇਹ ਠੀਕ ਨਹੀਂ ਹੈਗਾ।